ਹੈਲੋ ਦੋਸਤੋ, ਨਮਸਕਾਰ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫਿਰ ਨਵੀਂ ਵੀਡੀਓ, ਨਵਾਂ ਟੌਪਿਕ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਸਾਲਾਂ ਤੋਂ ਸ਼ਾਹਕੋਟ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਮੈਂ ਹੈਲਥ ਰਿਗਾਰਡਿੰਗ ਸਰਵਿਸਿਜ਼ ਦੇ ਰਿਹਾ ਹਾਂ, ਔਰ ਚਾਹੇ ਉਹ ਮੈਡੀਕਲ ਲਾਈਨ ਹੈ, ਚਾਹੇ ਉਹ ਜਿਮ ਹੈ, ਚਾਹੇ ਯੋਗਾ ਹੈ, ਜਾਂ ਡਾਇਟ ਦੇ ਨਾਲ ਰਿਲੇਟਡ ਜਿੰਨੀਆਂ ਵੀ ਸਮੱਸਿਆਵਾਂ ਹੈ, ਫੈਟ ਲੋਸ ਹੈ ਜਾਂ ਵੇਟ ਗੇਨ ਕਰਨਾ ਹੈ। ਸੋ ਇੱਦਾਂ ਦੀਆਂ ਕਾਫੀ ਸਾਰੀਆਂ ਪ੍ਰੋਬਲਮਸ ਨੂੰ ਲੈ ਕੇ ਜਿੰਨੇ ਵੀ ਲੋਕ ਮੇਰੇ ਨਾਲ ਜੁੜੇ ਆ, ਚਾਹੇ ਸਲਾਹ ਲੈਂਦੇ ਨੇ, ਅਤੇ ਉਹਨਾਂ ਨੂੰ ਮੈਂ ਵੱਧ ਤੋਂ ਵੱਧ ਜਿਹੜੀਆਂ ਆਪਣੀਆਂ ਸਰਵਿਸਿਜ਼ ਦਿੰਦਾ ਹਾਂ, ਚਾਹੇ ਉਹ ਪੇਡ ਨੇ ਚਾਹੇ ਫ੍ਰੀ ਨੇ। ਸੋ ਅੱਜ ਦਾ ਜਿਹੜਾ ਟੌਪਿਕ ਹੈ, ਉਹ ਟੌਪਿਕ ਇਹ ਹੈ ਕਿ ਜਿਹੜੀ ਯੂਥ ਹੈ ਜਾਂ ਟੀਨੇਜਰ ਦੇ ਬੱਚੇ ਹੈ, ਔਰ ਹਰ ਕਿਸੇ ਨੂੰ ਬੈਕ ਪੇਨ, ਸਰਵਾਈਕਲ ਡਿਸਕ ਪ੍ਰੋਬਲਮ, ਸ਼ਟਿਕਾ, ਕਿਤੇ ਨਾ ਕਿਤੇ ਇਹ ਪ੍ਰੋਬਲਮ ਹਰ ਕਿਸੇ ਨੂੰ ਇਹਨਾਂ ਸਮੱਸਿਆਵਾਂ ਤੋਂ ਡਿਸਟਰਬ ਨੇ ਲੋਕ। ਇਹਨਾਂ ਦੇ ਪਰਮਾਨੈਂਟ ਸਲਿਊਸ਼ਨ ਲਈ ਅਸੀਂ ਪਿਛਲੇ ਇੱਕ ਸਾਲ ਤੋਂ ਆਪਣੇ ਹੋਮ ਟਾਊਨ ਦੇ ਵਿੱਚ ਹੀ ਯੋਗਾ ਸੈਂਟਰ ਚਲਾ ਰਹੇ ਹਾਂ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਰਵਿਸ ਦਾ ਬੈਨੀਫਿਟ ਹੋਵੇ। ਸੋ ਜਿਹੜੇ ਲੋਕ ਪਰਸਨਲੀ ਉੱਥੇ ਆ ਕੇ ਯੋਗਾ ਕਰਦੇ ਨੇ, ਯੋਗਾ ਦੀ ਪ੍ਰੈਕਟਿਸ ਰੈਗੂਲਰ ਕਰਦੇ ਨੇ, ਉਹਨਾਂ ਨੂੰ ਤਾਂ ਕਾਫੀ ਬੈਨੀਫਿਟਸ ਹੈ। ਤੋ ਜਿਹੜੇ ਮੇਰੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹ ਕਮੈਂਟ ਕਰਕੇ ਜ਼ਰੂਰ ਦੱਸਣ ਜਿਹੜੇ ਉਹਨਾਂ ਦੇ ਪਰਸਨਲ ਐਕਸਪੀਰੀਅੰਸਿਸ ਨੇ, ਜਿਹੜੇ ਉਹਨਾਂ ਨੂੰ ਬੈਨੀਫਿਟ ਹੋਏ ਨੇ, ਉਹ ਜ਼ਰੂਰ ਸ਼ੇਅਰ ਕਰਨ, ਕਮੈਂਟਸ ਦੇ ਵਿੱਚ ਜ਼ਰੂਰ ਦੱਸਣ। ਔਰ ਜਿਹੜੇ ਲੋਕ ਪਰਸਨਲੀ ਨਹੀਂ ਆ ਸਕਦੇ ਜਾਂ ਕਲਾਸਿਸ ਜੁਆਇਨ ਨਹੀਂ ਕਰ ਸਕਦੇ, ਸੋ ਉਹਨਾਂ ਲਈ ਅਸੀਂ ਇੱਕ ਆਪਣੇ ਲੈਵਲ ਤੱਕ ਇੱਕ ਬੜੇ ਘੱਟ ਪੈਸਿਆਂ ਦੇ ਵਿੱਚ ਇੱਕ ਮੁਹਿੰਮ ਸਟਾਰਟ ਕਰ ਰਹੇ ਨੇ, ਜਿਹਦੇ ਵਿੱਚ ਮੇਨ 6 ਜਾਂ 7 ਆਸਣ ਨੂੰ ਅੱਛੀ ਤਰ੍ਹਾਂ ਸਿਖਾ ਕੇ ਔਨਲਾਈਨ 2 ਦਿਨ ਦੀ ਕਲਾਸ ਹੋਵੇਗੀ। ਤੁਸੀਂ ਉਹਨੂੰ ਅੱਛੀ ਤਰ੍ਹਾਂ ਸਿੱਖ ਕੇ ਘਰ ਪ੍ਰੈਕਟਿਸ ਕਰ ਸਕਦੇ ਹੋ, ਔਰ ਉਹ ਜਿੰਨੀ ਵੀ ਤੁਸੀਂ ਉਸ ਪ੍ਰੈਕਟਿਸ ਨੂੰ ਅੱਛੀ ਤਰ੍ਹਾਂ ਕਰੋਗੇ, ਤੁਹਾਨੂੰ ਰਿਜ਼ਲਟਸ ਔਰ ਬੈਨੀਫਿਟਸ ਮਿਲਣਗੇ। ਤੁਸੀਂ ਦੋਸਤੋ ਇਸ 2 ਦਿਨ ਦੇ ਕੋਰਸ ਨੂੰ ਰਜਿਸਟ੍ਰੇਸ਼ਨ ਕਰਾਉਣ ਲਈ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਣਾ ਵਟਸਐਪ ਨੰਬਰ ਦੇਵਾਂਗਾ, ਤੁਸੀਂ ਕੰਟੈਕਟ ਕਰ ਸਕਦੇ ਹੋ, ਔਰ ਆਪਣੀਆਂ ਇਹਨਾਂ ਪ੍ਰੋਬਲਮਸ ਨੂੰ ਤੁਸੀਂ ਪ੍ਰੋਬਲਮਸ ਤੋਂ ਨਿਜਾਤ ਪਾ ਸਕਦੇ ਹੋ, ਔਰ ਜਿਹੜੀ ਪੇਨ ਤੁਸੀਂ ਡੇਲੀ ਜ਼ਿਆਦਾ ਪੇਨ ਜਾਂ ਘੱਟ ਪੇਨ ਆ ਜਾਂ ਤੁਹਾਡੇ ਡਿਸਟਰਬੈਂਸ ਹੈ ਬੋਡੀ ਦੇ ਵਿੱਚ, ਉਹ ਤੋਂ ਜਿਹੜਾ ਸਫ਼ਰ ਕਰ ਰਹੇ ਹੋ, ਤੁਸੀਂ ਉਹ 2 ਦਿਨਾਂ ਦੀ ਪ੍ਰੈਕਟਿਸ ਦੇ ਨਾਲ ਕਾਫੀ ਰਿਲੀਫ ਮਹਿਸੂਸ ਕਰੋਗੇ, ਔਰ ਇਹਨੂੰ ਕੰਟੀਨਿਊ ਤੁਸੀਂ 2-4-6 ਮਹੀਨੇ ਉਸਨੂੰ ਸਿੱਖ ਕੇ ਅੱਛੀ ਤਰ੍ਹਾਂ ਪ੍ਰੈਕਟਿਸ ਕਰਨੀ ਹੈ। ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਵਿਦ ਇਨ ਵੀਕ 7 ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟਸ ਆ ਜਾਣਗੇ, ਔਰ ਉਹਨੂੰ ਜਿੰਨੀ ਤੁਸੀਂ ਅੱਛੀ ਤਰ੍ਹਾਂ ਕਰੋਗੇ ਔਰ ਕਰਕੇ ਉਸ ਪ੍ਰੋਬਲਮ ਨੂੰ ਤੁਸੀਂ ਜੜੋਂ ਖਤਮ ਕਰਨਾ ਹੈ ਜਾਂ ਕਿੰਨੇ ਪਰਸੈਂਟ ਖਤਮ ਕਰਨਾ ਹੈ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਸੋ ਦੋਸਤੋ, ਇਹ ਮੌਕਾ ਜਿਹੜਾ ਹੈਗਾ ਬਿਲਕੁਲ ਗਵਾਓ ਨਾ, ਅਤੇ ਵੱਧ ਤੋਂ ਵੱਧ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ, ਲੋਕਾਂ ਤੱਕ ਪਹੁੰਚਾਓ ਜਿਹੜੇ ਇਸ ਪ੍ਰੋਬਲਮ ਤੋਂ ਬਹੁਤ ਜ਼ਿਆਦਾ ਭਟਕ ਰਹੇ ਨੇ, ਬਹੁਤ ਜ਼ਿਆਦਾ ਦਵਾਈਆਂ ਖਾ ਚੁੱਕੇ ਨੇ, ਬਹੁਤ ਜ਼ਿਆਦਾ ਡਾਕਟਰਾਂ ਕੋਲ ਬਹੁਤ ਜ਼ਿਆਦਾ ਫਿਜ਼ੀਓਥੈਰੇਪੀ ਕਰਾ ਚੁੱਕੇ ਨੇ। ਉਹ ਇੱਕ ਵਾਰੀ ਇਸ ਥੈਰੇਪੀ ਨੂੰ, ਯੋਗਾ ਦੀ ਟੈਕਨੀਕ ਨੂੰ ਅਪਣਾ ਕੇ ਇਸ ਜਿਹੜੀਆਂ ਦਰਦ ਦੀਆਂ ਨਾ ਮੁਰਾਦ ਬਿਮਾਰੀਆਂ ਨੇ ਉਹਨਾਂ ਤੋਂ ਨਿਜਾਤ ਪਾ ਸਕਦੇ ਨੇ। ਸੋ ਦੋਸਤੋ, ਅੱਜ ਦਾ ਟੌਪਿਕ ਇੱਥੇ ਹੀ ਖਤਮ ਕਰਦੇ ਨੇ, ਫਿਰ ਮਿਲਾਂਗੇ।
ਅਗਲੀ ਵੀਡੀਓ ਅਗਲੇ ਟੋਪਿਕ ਦੇ ਨਾਲ।